ਸਤਿ ਸ਼੍ਰੀ ਅਕਾਲ ਵੈਲਕਮ ਟੂ ਗਲੋਬਲ ਟ੍ਰਿਵੋ ਮੈਂ ਹਾਂ ਜਤਿੰਦਰ ਸਿੰਘ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ ਸਾਡੇ ਨਾਲ ਨੇ ਮਨੀਸ਼ ਕੁਮਾਰ ਇਹਨਾਂ ਦਾ ਜੀ ਹੀ ਟੂਰਿਸਟ ਵੀਜ਼ਾ ਅਪਰੂਵ ਹੋ ਕੇ ਆਇਆ ਅਤੇ ਇਹਦੇ 'ਚ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ ਪਹਿਲਾਂ ਆਸਟ੍ਰੇਲੀਆ 'ਚ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀਗਾ ਕਿ ਜੋ ਜਨਵਰੀ ਦੇ ਵਿੱਚ ਹੀ ਰਿਫਿਊਜ਼ ਹੋ ਕੇ ਆਇਆ ਸੀਗਾ ਆਲਰੇਡੀ ਦੋ ਵਾਰੀ ਆਸਟ੍ਰੇਲੀਆ ਤੋਂ ਰਿਫਿਊਜ਼ ਸੀਗਾ ਅਸੀਂ ਵੀ ਕਾਫੀ ਟਾਈਮ ਦੱਸਿਆ ਕਿ ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਅਤੇ ਤੁਹਾਡਾ ਆਲਰੇਡੀ ਆਸਟ੍ਰੇਲੀਆ ਤੋਂ ਕਈ ਵਾਰ ਰਿਫਿਊਜ਼ ਹੋ ਚੁੱਕਿਆ ਤਾਂ ਤੁਸੀਂ ਨਿਊਜ਼ੀਲੈਂਡ ਦਾ ਆਪਣਾ ਵੀਜ਼ਾ ਅਪਲਾਈ ਕਰਕੇ ਲਵੋ ਟਰੈਵਲ ਕਰੋ ਜਾਂ ਫਿਰ ਟਰੈਵਲ ਦੇ ਨਾਲ ਕੰਬਾਈਨ ਕਰਕੇ ਆਸਟ੍ਰੇਲੀਆ ਲਾਓ ਤੁਹਾਡੇ ਚਾਂਸ ਜਿਹੜੇ ਆਸਟ੍ਰੇਲੀਆ ਦੇ ਵੱਧ ਜਾਣਗੇ ਅਤੇ ਇਹਨਾਂ ਦਾ ਵੀਜ਼ਾ ਹੁਣ ਨਿਊਜ਼ੀਲੈਂਡ ਤੋਂ ਆ ਗਿਆ ਅਤੇ ਇਹਨਾਂ ਨੂੰ ਇੱਕ ਸਾਲ ਦਾ ਟੂਰਿਸਟ ਵੀਜ਼ਾ ਮਿਲ ਚੁੱਕਿਆ ਅਤੇ ਹੁਣ ਮਨੀਸ਼ ਕੁਮਾਰ ਤੁਹਾਡੇ ਨਾਲ ਆਪਣੇ ਜੋ ਐਕਸਪੀਰੀਅੰਸ ਹੈ ਬਲਿਊਬਰਡ ਦਾ ਉਹ ਸ਼ੇਅਰ ਕਰੂੰਗੇ मेरा न्यूजीलैंड का एक साल का टूर वीज़ा है। इससे पहले मेरा ऑस्ट्रेलिया का दो बार रिफ्यूज़ था, तो मैं आप सभी से रिक्वेस्ट करूँगा कि आप भी ब्लूबर्ड के ऑफिस आए और टूरिस्ट वीज़ा के लिए अप्लाई करें। ये मतलब रिव्यू सर थैंक्स करा मनीश कुमार ने जिन्होंने रिव्यूज़ दिए साढ़े बारे। जे तुसी भी अपना न्यूजीलैंड का टूरिस्ट वीज़ा अप्लाई करना चाहते हो तो साड़ी टीम नाल कॉन्टैक्ट करके अपना न्यूजीलैंड का टूरिस्ट वीज़ा अप्लाई कर सकते हो। तो वीज़ा सक्सैस रेट रेट जी है अज की डेट बहुत वधिया चल रही है, तो बहुत ईजली वीज़ा आ रहे हैं, पर वीज़ा आ रहे हैं जिन्हों को प्रोफाइल कंप्लीट डॉक्यूमेंट नहीं। जो थोड़े कंप्लीट डॉक्यूमेंट है तो सा टीम नाल कॉन्टैक्ट करके अपना टूरिस्ट वीज़ा अप्लाई करवा सकते हो। मिलते हैं फिर एक नवी वीडियो नवी इनफॉर्मेशन के नाल, उदों तक ही सत श्री अकाल।